ਉਹ ਵੇਖੋ ਕਿੱਡੀ ਵੱਡੀ ਦੁਕਾਨ ਯਾਰ ਲੱਗਦਾ ਆਪਾਂ ਪੈਦਲ ਚੱਲਦੇ ਚੱਲਦੇ ਨਾ ਦੁਬਈ ਨਿਕਲਾਂ ਹੈ ਓਏ ਇਹੋ ਜੀ ਹੱਟੀ ਤੇ ਅਗਲੀ 100 ਸਾਲ ਤੱਕ ਨਹੀਂ ਬਣ ਸਕਦੀ ਲਾਹੌਰ 'ਚ ਸਹੀ ਹੈ ਹੈਲੋ ਇਹ ਕਿਹੜੀ ਜਗ੍ਹਾ ਪਰਾਮਰ ਲਾਹੌਰ ਹੀ ਹੈ ਅੰਦਰ ਚਲੀਏ ਜਾਣਾ ਪੈਣਾ ਕੀ ਹੋਇਆ ਚੀਕਾਂ ਮਾਰਨ ਡਈ ਹੈ चलिए हेलो ओ हेलो की हाल तुसी कौन आज तरीके नहीं क्यों दस दियो ना तुहानू अल्लाह दा वास्ता 5 फरवरी ते साल केड़ा क्यों दस दियो ना तुहानू अल्लाह दा वास्ता 2022 तुहाडी एज किन्नी ओ शट अप बंदराम मैं ते क्या फ्लोच दस देगी शुक्रिया पागल ਸਾਡਾ ਵਜ਼ੀਰ ਆਜ਼ਮ ਇਮਰਾਨ ਖਾਨ ਅਸੀਂ ਸੁੱਤੇ ਸਾਂ ਸਾਡਾ ਵਜ਼ੀਰ ਆਲਾ ਬਸਤਾਰ ਅਸੀਂ ਸੁੱਤੇ ਸਾਂ ਅਸੀਂ ਜਾਗੇ ਵੀ ਹੁੰਦੇ ਤਾਂ ਵੀ ਇੰਨਾ ਨਹੀਂ ਆਉਣਾ ਸੀ ਅਸੀਂ ਤੇ ਸੁੱਤੇ ਸਾਂ ਤੁਸੀਂ ਕਿਹੜਾ ਨਸ਼ਾ ਕੀਤਾ ਸੀ ਇਹ ਥੋੜਾ ਜਿਹਾ ਲੈ ਲਾ ਬਿਲ ਤੁਸੀਂ ਦੇ ਦੇਣਾ ਹਾਂ ਭਾਈ ਕੌਣ ਤੂੰ ਕੌਣ ਮੈਂ ਆ ਤੂੰ ਕੌਣ ਮੇਰੇ ਘਰ ਖੜੀ ਹੋ ਕੇ ਮੈਨੂੰ ਪੁੱਛੀ ਜਾ ਰਹੀ ਮੈਂ ਕੌਣ ਹੈ ਕੌਣ ਹੈ ਤੂੰ ਭਾਈ ਇਹ ਘਰ ਮੇਰਾ ਹੈ 17 ਸਾਲਾਂ ਤੋਂ ਮੈਂ ਜ਼ੋਰ ਨਾਲ ਫੂਕ ਮਾਰੀ ਨਾ ਸਾਹਮਣੇ ਤਾਰ ਦੇ ਤੌਲੀਆਂ ਨੂੰ ਟੰਗੀਆਂ ਨੇ ਚੰਡ ਮਾਰ ਕੇ ਤੇਰਾ ਪੇਠੇ ਵਰਗਾ ਮੂੰਹ ਭੰਨ ਦੇਣਾ ਅੱਛਾ ਪੇਠੇ ਵਰਗਾ ਮੂੰਹ ਭੰਨ ਦੇਣਾ ਖੰਗ ਦੀ ਦਵਾਈ ਲਈਏ ਨਾ ਵਿੱਚੋਂ ਤੇਰੇ ਵਰਗੀ ਚਮਚੀ ਨਿਕਲਦੀ ਜੇ ਤੁਹਾਡੀ ਫਿੱਕੀ ਨਸ਼ਰੀਆਤ ਬੰਦ ਹੋ ਗਈ ਹੋਏ ਤੇ ਇਹਨਾਂ ਦੇ ਅੱਬਾ ਜੀ ਨੂੰ ਅੰਦਰ ਕਾ ਕਿਹੜਾ ਅੱਬਾ ਉਹੀ ਅੱਬਾ ਜਿਹੜਾ ਧੋਤੀ ਬਨੈਰ ਪਾ ਕੇ ਮੰਜੀਆਂ ਦੇ ਆਲੇ ਦੁਆਲੇ ਫਿਰ ਰਿਹਾ ਹੁੰਦਾ ਜਿਹੜਾ ਸਬਜ਼ੀ ਲੈ ਕੇ ਆਉਂਦਾ ਜਿਹੜਾ ਫਲ ਲੈ ਕੇ ਆਉਂਦਾ ਜਿਹੜਾ ਗੋਸ਼ਤ ਲੈ ਕੇ ਆਉਂਦਾ ਪੂਰੇ ਘਰ ਦਾ ਖਿਆਲ ਰੱਖ ਮੁੜ ਕੇ ਡਿਊਟੀ 'ਚ ਮੰਜੀ ਰੱਖ ਕੇ ਕਹਿ ਰਿਹਾ ਹੁੰਦਾ ਮੇਰੇ ਤੇ ਇਸ ਘਰ 'ਚ ਇੱਜ਼ਤ ਦੀ ਕੋਈ ਨਹੀਂ ਉਹ ਅੱਬਾ मतलब ਤੈਨੂੰ ਕੀ ਚਾਹੀਦਾ ਮੈਂ ਉਹਨਾਂ ਦਾ ਪੁੱਤਰ ਹਾਂ ਅੱਛਾ 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 ਤੂੰ ਉਹਨਾਂ ਦਾ ਪੁੱਤਰ ਹੈ ਹੈ ਜੇ ਤੂੰ ਉਹਨਾਂ ਦਾ ਪੁੱਤਰ ਹੈ ਤਾਂ ਮੈਂ ਫਿਲਮ ਸਟਾਰ ਸੈਮ ਹਾਂ ਤੇ ਮੈਂ ਨਹੀਂ ਪਛਾਣਿਆ ਉਹ ਤੂੰ ਕੌਣ ਮੈਂ ਸੈਯਦ ਨੂਰ ਹਾਂ ਵੇ ਦਫਾ ਹੁੰਦੇ ਹੋ ਕਿ ਨਹੀਂ ਜੰਮ ਮਾਰੋ ਅੱਬਾ ਜੀ ਹੁੰਦੇ ਸ਼ੁਕਰ ਹੈ ਅੱਬਾ ਬਚ ਗਿਆ ਸ਼ੁਕਰ ਹੈ ਤੇਰਾ ਬਚ ਗਿਆ ਰਾਣਾ ਸਾਹਿਬ ਜੀ ਡੋਗਰ ਸਾਹਿਬ ਇਹ ਰਿਕਸ਼ਾ ਵਾਲਾ ਨਹੀਂ ਜਿਹੜਾ ਭੱਜ ਕੇ ਸਾਨੂੰ ਫੜ ਨਹੀਂ ਸਕਦਾ ਇਹਨੇ ਫੜ ਲਿਆ ਨਾ ਅਸੀਂ ਕਾਂ ਵੇਖ ਰਹੇ ਹੋ ਕਬਾਬ ਦੀ ਜਗ੍ਹਾ ਨਾ ਸਾਨੂੰ ਪਕਾਇਆ ਹੋਣਾ